Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਸਾਰਾ ਕੁਝ ਚੰਗੀ ਤਰ੍ਹਾਂ ਚੈੱਕ ਕਰੋ, ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਇੱਥੇ। ਮੈਂ ਤਾਂ ਪ੍ਰਸ਼ਾਦ ਬਣਾਇਆ, ਮੈਂ ਤਾਂ ਪ੍ਰਸ਼ਾਦ ਬਣਾਇਆ, ਇਹੀ ਰੱਟ ਲਗਾ ਰੱਖੀ ਸੀ ਨਾ ਤੂੰ, ਹੁਣੇ ਪਤਾ ਚੱਲ ਜਾਣਾ ਤੇਰੇ ਪ੍ਰਸ਼ਾਦ ਬਣਾਏ ਦਾ। ਤਲਾਸ਼ੀ ਸ਼ੁਰੂ ਕਰੋ ਜੀ। ਸਰ ਆ ਦੇਖਿਓ ਕੀ ਹੈ, ਸਬਰ ਰੱਖ, ਦੇਖਦੇ ਹਾਂ। ਤੁਹਾਡੀ ਦੁਕਾਨ ਤੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ? ਨਹੀਂ ਜੀ, ਪਰ ਲੋੜ ਵੀ ਕੀ ਹੈ, ਇੱਥੇ ਜਿੰਨੇ ਵੀ ਕਾਰੀਗਰ ਕੰਮ ਕਰਦੇ ਨੇ ਮੈਨੂੰ ਸੱਚੇ ਸਾਰਿਆਂ ਤੇ ਭਰੋਸਾ ਹੈ, ਨਾਲੇ ਇੱਥੇ ਕੋਈ ਨਾ ਬਾਹਰਲਾ ਬੰਦਾ ਵੀ ਨਹੀਂ ਆਉਂਦਾ। ਆ ਕੁੜੀ ਤੁਹਾਨੂੰ ਪਤਾ ਕਿੱਥੋਂ ਆਈ ਹੈ? ਸਰ ਇਹ ਤਾਂ ਜਮਾਲ ਘੋਟਾ ਲੱਗਦਾ। ਨਹੀਂ ਸਰ ਜੀ, ਮੈਨੂੰ ਨਹੀਂ ਪਤਾ ਕੀ ਹੈ, ਨਾਲੇ ਕੁੜੀ ਕਿੱਦਾਂ ਆਈ ਇੱਥੇ ਮੈਨੂੰ ਇਹ ਵੀ ਨਹੀਂ ਪਤਾ। ਤੈਨੂੰ ਕਿੱਦਾਂ ਨਹੀਂ ਪਤਾ? ਉੱਦਾਂ ਇਹ ਜਮਾਲ ਘੋਟਾ ਹੈ, ਇਹਦੇ ਨਾਲ ਬਹੁਤ ਢਿੱਡ ਦੁਖਦਾ ਅਤੇ ਲੂਜ ਮੋਸ਼ਨ ਦੀ ਸ਼ਿਕਾਇਤ ਹੋ ਸਕਦੀ ਹੈ। ਹੁਣ ਤੂੰ ਦੱਸ ਕਿ ਕੁੜੀ ਕੀ ਕਰ ਰਹੀ ਇੱਥੇ? ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹਨੇ ਪ੍ਰਸ਼ਾਦ ਦਾ ਰੌਲਾ ਹੀ ਆਪਣੀ ਇਹ ਹਰਕਤ ਲੁਕਾਉਣ ਲਈ ਪਾਇਆ ਸੀ। ਪਹਿਲਾਂ ਤਾਂ ਤੇਰੇ ਵਿਰੁੱਧ ਕੋਈ ਪਰੂਫ ਨਹੀਂ ਸੀ ਮੇਰੇ ਕੋਲ, ਪਰ ਹੁਣ ਤਾਂ ਸਬੂਤ ਹੈ ਨਾ ਸਾਡੇ ਹੱਥ 'ਚ, ਅਤੇ ਹੁਣ ਦੇਖ ਤੂੰ ਤੇਰਾ ਬਣਦਾ ਕੀ ਹੈ। ਰਵਨੀਕ ਅਰੈਸਟ ਕਰੋ ਇਹਨੂੰ। How can you do that? ਪੁਲਿਸ ਬਹੁਤ ਕੁਛ ਕਰ ਸਕਦੀ ਹੈ ਅਪਰਾਧੀ ਨੂੰ ਫੜਨ ਲਈ। ਚੱਲ ਕੁੜੀਏ। ਮੈਮ ਆਓ ਚੱਲੀਏ। ਸਰ ਮੈਮ ਮੇਰੀ ਗੱਲ ਤਾਂ ਸੁਣੋ ਮੈਮ, ਪਲੀਜ਼। ਟੇ
ਤੈਨੂੰ ਥਾਣੇ ਜਾ ਕੇ ਦੱਸਦੀ ਆ ਮੈਂ ਕਿਵੇਂ ਮਠਿਆਈ ਚ ਖਵਾਈ ਤਾਂ ਸਭ ਨੂੰ ਕੁਝ। ਮੈਮ ਇੱਕ ਮਿੰਟ, ਦਿਸ ਇਜ਼ ਰੀਅਲੀ ਰੋਂਗ, ਤੁਸੀਂ ਇਦਾਂ ਨਹੀਂ ਕਰ ਸਕਦੇ। ਤੁਸੀਂ ਰੀਤ ਨੂੰ ਕਿਉਂ ਲੈ ਕੇ ਜਾ ਰਹੇ ਹੋ? ਦੇਖੋ ਤੁਸੀਂ ਜੋ ਵੀ ਕਹਿਣਾ ਥਾਣੇ ਆ ਕੇ ਕਹੋ, ਸਾਨੂੰ ਆਪਣਾ ਕੰਮ ਕਰਨ ਦਿਓ। ਅਸੀਂ ਜੋ ਵੀ ਕਰ ਰਹੇ ਨਾ ਕਾਨੂੰਨ ਦੇ ਮੁਤਾਬਕ ਠੀਕ ਕਰ ਰਹੇ ਹਾਂ। ਬਿਲਕੁਲ ਵਿਚ ਲਓ ਆਫਿਸਰ, ਵਿਚ ਲਓ। ਇੱਧਰ ਕਿਹੜਾ ਕਾਨੂੰਨ ਹੈ ਕਿ ਤੁਸੀਂ ਰੀਤ ਨੂੰ ਇੱਧਰ ਲੈ ਕੇ ਜਾ ਰਹੇ ਹੋ? ਰੀਤ ਨੇ ਕੁਛ ਨਹੀਂ ਕੀਤਾ। ਚੱਲ ਕੁੜੀਏ। ਮੈਮ ਨਹੀਂ ਕੌੜੇ ਕਰੇਲੇ ਜੀ, ਦੇਖੋ ਗੁੱਸਾ ਕਰਨ ਨਾਲ ਗੱਲ ਵਧੇਗੀ, ਤੁਸੀਂ ਨਾ ਇਹਨਾਂ ਨੂੰ ਮੈਨੂੰ ਲਿਜਾਣ ਦਿਓ, ਉੱਥੇ ਜਾ ਕੇ ਮੈਂ ਪੁਲਿਸ ਨੂੰ ਆਪ ਸਮਝਾ ਦਿਆਂਗੀ। ਤੁਸੀਂ ਗਰਮ ਨਾ ਹੋਵੋ। ਅੱਛਾ ਚੱਲ ਅੰਦਰ। ਬੋਬੀ ਭਾਅ ਜੀ ਨੇ ਉਹ ਕਾਰ ਬਾਰੇ ਪਤਾ ਕਰਨਾ ਸੀ ਜਿਹੜੀ ਚੰਦਨ ਅੰਕਲ ਦੇ ਐਕਸੀਡੈਂਟ ਵੇਲੇ ਨਰੂਲਾ ਸਵੀਟਸ ਵਾਲਿਆਂ ਕੋਲ ਹੁੰਦੀ ਸੀ। ਫਿਰ ਉਹਨਾਂ ਨੇ ਪਲਕ ਨੂੰ ਪੁੱਛਿਆ ਅਤੇ ਉਹਨੇ ਦੱਸਿਆ ਕਿ ਚੰਦਨ ਅੰਕਲ ਦੇ ਐਕਸੀਡੈਂਟ ਤੋਂ ਕੁਝ ਦਿਨ ਪਹਿਲਾਂ ਉਹ ਕਾਰ ਬਲਦੇਵ ਅੰਕਲ ਦੇ ਘਰ ਤੋਂ ਚੋਰੀ ਹੋ ਗਈ ਸੀ, ਪਰ ਐਕਸੀਡੈਂਟ ਤੋਂ ਕੁਝ ਦਿਨ ਬਾਅਦ ਉਹ ਕਾਰ ਮਿਲ ਗਈ ਸੀ, ਪਰ ਟੁੱਟੀ ਭੱਜੀ ਜਿਹੀ ਹਾਲਤ ਦੇ ਵਿੱਚ, ਅਤੇ ਬਲਦੇਵ ਅੰਕਲ ਨੇ ਉਹ ਕਾਰ ਫਿਰ ਵੇਚ ਦਿੱਤੀ। ਹਾਂ, ਕਾਰ ਤਾਂ ਉਦਾਂ ਦੀ ਸੀ ਜਿਹਦੇ ਨਾਲ ਚੰਦਨ ਜੀ ਦਾ ਐਕਸੀਡੈਂਟ ਹੋਇਆ ਸੀ। ਉਹਨਾਂ ਮੈਂ ਜੈਵੀਰ ਭਾਜੀ ਦੇ ਕਮਰੇ 'ਚ ਨਾ ਫੋਟੋ ਵੀ ਦੇਖੀ ਸੀ। ਜਦੋਂ ਕਾਰ ਹੀ ਚੋਰੀ ਹੋ ਗਈ ਹੈ ਤਾਂ ਲੀਵ ਇਟ ਆਂਟੀ ਜੀ, ਆਪਣਾ ਕਾਂਡ ਛੁਪਾਉਣ ਲਈ ਸਾਰੇ ਇਦਾਂ ਹੀ ਕਰਦੇ ਨੇ। ਪਹਿਲਾਂ ਉਹ ਕਾਰ ਚੋਰੀ ਹੋ ਗਈ ਤੇ ਫਿਰ ਉਹ ਕਾਰ ਮਿਲ ਜਾਂਦੀ ਹੈ, ਪੁਲਿਸ ਸਟੇਸ਼ਨ ਤੋਂ ਕੋਈ ਰਿਪੋਰਟ ਨਹੀਂ ਮਿਲਦੀ, ਉੱਥੋਂ ਸਭ ਕੁਝ ਗਾਇਬ ਹੋ ਜਾਂਦਾ ਹੈ। ਆਈ ਹੈਵ ਸੀਨ ਸੋ ਮੈਨੀ ਕੇਸਿਸ ਆਂਟੀ ਜੀ, ਇਦਾਂ ਹੀ ਹੁੰਦਾ, ਸਾਰੇ ਇਦਾਂ ਹੀ ਕਰਦੇ ਨੇ। ਪਰ ਜੇ ਅਸੀਂ ਮੰਨ ਵੀ ਲਈਏ ਕਿ ਉਸੇ ਕਾਰ ਨਾਲ ਚੰਦਨ ਜੀ ਦਾ ਐਕਸੀਡੈਂਟ ਹੋਇਆ ਸੀ, ਪਰ ਸਾਨੂੰ ਪਤਾ ਕਿੱਦਾਂ ਲੱਗੂਗਾ ਕਿ ਉਹਨਾਂ ਤਿੰਨਾਂ ਵਿੱਚੋਂ ਹੀ ਕੋਈ ਇੱਕ ਹੈ? ਨੋਟ 3 ਆਂਟੀ ਜੀ, 2, ਇੱਕ ਬੰਦਾ ਤਾਂ ਬਾਹਰ ਨਿਕਲ ਗਿਆ ਇਹਦੇ ਚੋਂ। ਕੀ ਮਤਲਬ? ਸੀ ਆਂਟੀ ਜੀ, ਪਲਕ ਨੇ ਸਾਰੀ ਕਹਾਣੀ ਜੈਵੀਰ ਚਾਚੇ ਨੂੰ ਪੁੱਛੀ। ਹੁਣ ਤੁਸੀਂ ਆਪ ਦੱਸੋ, ਜੇ ਇਹਦੇ ਵਿੱਚ ਜੈਵੀਰ ਚਾਚੇ ਦਾ ਹੱਥ ਹੁੰਦਾ ਤਾਂ ਉਹ ਪਲਕ ਨੂੰ ਨਾ ਪੁੱਛਦੇ? ਉਹਨੇ ਕੀ ਕਰਨਾ ਪੁੱਛ ਕੇ ਆਂਟੀ ਜੀ? ਵਾਈ ਆਸਕਿੰਗ ਆਂਟੀ ਜੀ, ਵਾਈ? ਤੇਰੀ ਇਹ ਵੀ ਗੱਲ ਸਹੀ ਹੈ, ਉਹਨਾਂ ਦੋਨਾਂ ਵਿੱਚੋਂ ਹੀ ਕੋਈ ਹੋ ਸਕਦਾ, ਬਲਦੇਵ ਭਾਜੀ ਜਾਂ ਫਿਰ ਇੰਦਰਵੀਰ। ਕਾਰ ਥੱਲੇ ਦੇ ਕੇ ਬੰਦਾ ਮਾਰਨਾ, ਇਹੀ ਤਰੀਕਾ ਹੈ ਉਹਨਾਂ ਦਾ ਹੁਣ ਵੀ, ਹਿੱਟ ਐਂਡ ਰਨ। ਜਦੋਂ ਬੌਬੀ ਦਾ ਐਕਸੀਡੈਂਟ ਹੋਇਆ ਸੀ ਉਹ ਦੋਵੇਂ ਘਰੇ ਹੀ ਸੀ, ਮੈਨੂੰ ਪੱਕਾ ਪਤਾ ਹੈ। ਇਨੋਸੈਂਟ ਯੂ ਵੈਰੀ ਆਂਟੀ ਜੀ, ਇਹ ਵੱਡੇ ਬੰਦੇ ਇਹੋ ਜਿਹੇ ਕੰਮ ਆਪ ਨਹੀਂ ਕਰਦੇ, ਪੈਸਾ ਦਿਓ ਤੇ ਹਰ ਕੰਮ ਕਰਨ ਵਾਲਾ ਬੰਦਾ ਲੱਭ ਜਾਂਦਾ। ਹਾਏ ਰੱਬਾ, ਪਤਾ ਨਹੀਂ ਕਿੱਦਾਂ ਕਿੱਦਾਂ ਦੇ ਲੋਕ ਨੇ ਇਸ ਦੁਨੀਆਂ ਵਿੱਚ, ਮੈਂ ਤਾਂ ਕਦੇ ਇਹ ਸਭ ਸੋਚ ਵੀ ਨਹੀਂ ਸਕਦੀ। ਦਿਸ ਇਜ਼ ਵਰਲਡ ਆਂਟੀ ਜੀ, ਇਹ ਦੁਨੀਆ ਏਦਾਂ ਹੀ ਚੱਲਦੀ ਹੈ। ਚਲੋ ਚੰਗਾ, ਮੈਂ ਚੱਲਦਾ, ਹੋਸਪਿਟਲ ਜਾਣਾ ਬੌਬੀ ਭਾਜੀ ਨੂੰ ਦੇਖਣ ਲਈ। ਗੋਲਡੀ, ਹੁਣ ਕੀ ਹਾਲ ਹੈ ਬੌਬੀ ਦਾ? ਡਾਕਟਰ ਕਹਿੰਦੇ ਹਜੇ ਵੀ ਕੁਝ ਨਹੀਂ ਪਤਾ, 2 ਵਾਰ ਤਾਂ ਦਿਲ ਦੀ ਧੜਕਣ ਬੰਦ ਹੋ ਗਈ, ਸਭ ਰੱਬ ਦੇ ਭਰੋਸੇ ਹੀ ਹੈ। ਬਸ ਤੁਸੀਂ ਦੁਆ ਕਰੋ ਆਂਟੀ ਪਰਮਾਤਮਾ ਅੱਗੇ, ਉਹ ਤਾਂ ਸਭ ਕੁਝ ਤੁਹਾਡੇ ਲਈ ਤੇ ਰੀਤ ਲਈ ਕਰ ਰਹੀ ਸੀ ਨਾ।
ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।